तेज हनेरी ते चक्कर ने जिथे कई थावां ते वड्डा नुकसान कीता है उथे जानी नुकसान दी खबरां भी सामने आ रहियां ने। मोटरसाइकिल ते जांदे इक नौजवान दे उत्ते भी तेज हनेरी दे कारण वड्डा दरख्त आके डिग गया जिस कारण इस नौजवान दी थाएं ही मौत हो गई। परिवार दे विच मातम पसरिया होया है। तस्वीरां ने जिथे वख-वख थावां ते तेज हनेरी ते चक्कर ने नुकसान कीता है। शहर दे विच कई बिजली दे खंभे ते दरख्त सड़कां ते डिगे पए ने। ਵੱਡੀਆਂ ਗੱਡੀਆਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬਿਜਲੀ ਦੇ ਖੰਭੇ ਵੀ ਇਹਨਾਂ ਗੱਡੀਆਂ ਦੇ ਉੱਤੇ ਡਿੱਗੇ ਹੋਏ ਨੇ ਤੇ ਗੱਡੀਆਂ ਨੁਕਸਾਨੀਆਂ ਗਈਆਂ ਨੇ। ਕਈ ਥਾਵਾਂ ਤੇ ਤਾਂ ਜਾਨੀ ਨੁਕਸਾਨ ਵੀ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ 41 ਸਾਲਾਂ ਇਹ ਵਿਕਾਸ ਜੋ ਕਿ ਆਪਣੇ ਕੰਮ ਤੋਂ ਘਰ ਪਰਤ ਰਿਹਾ ਸੀ ਤਾਂ ਰਾਤ ਵਿੱਚ ਤੇਜ਼ ਹਨੇਰੀ ਤੇ ਝੱਖੜ ਦੇ ਕਾਰਨ ਇੱਕ ਦਰਖਤ ਮੋਟਰਸਾਈਕਲ ਦੇ ਮੂਹਰੇ ਅੱਟ ਗਿਆ ਜਿਸ ਕਰਕੇ ਟੱਕਰ ਹੋਈ ਤੇ ਟੱਕਰ ਇਹਨੀ ਜ਼ਬਰਦਸਤ ਹੋਈ ਕਿ ਵਿਕਾਸ ਦੀ ਥਾਂ ਹੀ ਮੌਤ ਹੋ ਗਈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਇਹ ਤਸਵੀਰਾਂ ਮਾਛੀਵਾੜਾ ਸਾਹਿਬ ਦੀਆਂ ਨੇ ਜਿੱਥੋਂ ਸਮਰਾਲਾ ਤੋਂ ਮਾਛੀਵਾੜਾ ਵੱਲ ਜਾਂਦੇ ਹੋਏ ਇਸ ਨੌਜਵਾਨ ਦੇ ਨਾਲ ਇਹ ਹਾਦਸਾ ਵਾਪਰਿਆ। ਤੇਜ਼ ਹਨੇਰੀ ਤੇਜ਼ ਝੱਖੜ ਇਸ ਨੌਜਵਾਨ ਦੇ ਲਈ ਕਾਲ ਬਣ ਕੇ ਆਇਆ ਅਤੇ ਸੜਕ ਤੇ ਹੀ ਇਸਦੀ ਮੌਤ ਹੋ ਗਈ। ਇਸ ਤੋਂ ਇਲਾਵਾ ਇਹ ਵੀ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਮਾਛੀਵਾੜਾ ਸਾਹਿਬ ਦੇ ਵਿੱਚ ਪੁਲਿਸ ਅਧਿਕਾਰੀ ਵੀ ਜਿਹੜੇ ਨੇ ਖੁਦ ਸੜਕਾਂ ਤੋਂ ਦਰਖਤ ਹਟਾਉਂਦੇ ਹੋਏ ਨਜ਼ਰ ਆਏ ਨੇ। ਜੋ ਟਾਹਣੀਆਂ ਤੇਜ਼ ਹਵਾ ਤੇਜ਼ ਝੱਖੜ ਦੇ ਕਾਰਨ ਸੜਕਾਂ ਤੇ ਲੰਕੀਆਂ ਹੋਈਆਂ ਸਨ ਉਹਨਾਂ ਨੂੰ ਤੋੜਿਆ ਗਿਆ ਹੈ। ਆਵਾਜਾਈ ਬਹਾਲ ਕੀਤੀ ਗਈ ਹੈ ਅਤੇ ਕੋਈ ਹੋਰ ਹਾਦਸਾ ਨਾ ਵਾਪਰੇ ਇਸ ਲਈ ਪੁਲਿਸ ਦੇ ਵੱਲੋਂ ਅਹਤਿਆਤ ਵਰਤਿਆ ਖੁਦ ਇਹਨਾਂ ਦਰਖਤਾਂ ਦੀਆਂ ਟਾਹਣੀਆਂ ਨੂੰ ਕੱਟਿਆ ਗਿਆ ਹੈ। ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਇਹ ਪੁਲਿਸ ਵਾਲੇ ਕਿਸ ਤਰ੍ਹਾਂ ਜੱਦੋ ਜਹਿਦ ਕਰ ਰਹੇ ਨੇ ਇਹਨਾਂ ਟਾਹਣੀਆਂ ਨੂੰ ਸੜਕ ਤੋਂ ਪਿੱਛੇ ਹਟਾਉਣ ਦੇ ਲਈ ਤਾਂ ਜੋ ਕੋਈ ਹੋਰ ਹਾਦਸਾ ਨਾ ਵਾਪਰ ਸਕੇ। ਉਧਰ ਵਿਕਾਸ ਦੇ ਘਰ ਵੀ ਮਾਤਮ ਪਸਰਿਆ ਹੋਇਆ ਹੈ। ਵਿਕਾਸ ਵਿਆਹਿਆ ਸੀ, ਛੋਟੇ ਛੋਟੇ ਬੱਚੇ ਸੀ ਉਸਦੇ ਤੇ ਹੁਣ ਪੂਰਾ ਪਰਿਵਾਰ ਹੀ ਇੱਥੇ ਧਾਹਾਂ ਮਾਰ ਮਾਰ ਰੋ ਰਿਹਾ ਹੈ ਤੇ ਮਦਦ ਦੀ ਗੁਹਾਰ ਲਗਾ ਰਿਹਾ ਹੈ। ਇੰਦਰਜੀਤ ਸਿੰਘ ਆ ਜੀ, ਰਾਜ ਜੀ ਇਹ ਸਾਡੇ ਕੋਲ ਕੰਮ ਕਰਕੇ ਆਏ ਸੀਗੇ ਦੋਵੇਂ ਮੁੰਡੇ। ਇਹ ਬਾਲਿਆਂ ਕੋਲ ਆ ਕੇ ਮੈਨੂੰ ਫੋਨ ਕਰਿਆ ਜੀ ਇਹਨਾਂ ਨੇ ਤਕਰੀਬਨ 9:30 ਵਜੇ ਮੇਰੇ ਕੋਲ 9:30 ਪਹੁੰਚਿਆ ਜੀ। ਇਹਨਾਂ ਨੂੰ ਵੀ ਟਾਈਮ ਲੱਗ ਗਿਆ ਜੀ ਇੱਥੇ ਹਸਪਤਾਲ ਆਉਣ ਨੂੰ। ਇਹਨਾਂ ਨੇ ਜੀ ਬਾਅਦ 'ਚ ਕਹਿਤਾ ਵੀ ਇਹ ਮੁੰਡਾ ਡੈੱਡ ਹੋ ਗਿਆ ਅਤੇ ਇਹ ਇੱਥੇ ਫਿਰ ਹੁਣ ਥਾਣੇ ਆਇਆ ਜੀ ਵੀ ਚੱਲ ਇਹਨਾਂ ਦਾ ਕੁਛ ਬੱਚਿਆਂ ਦਾ ਕੋਈ ਬਣ ਜਾਵੇ ਜੀ, ਇਹਦਾ ਬੀਮਾ ਹੋਇਆ ਮੁੰਡੇ ਦਾ ਵੀ ਕੁਛ ਨਾ ਕੁਛ ਅੱਗੇ ਤਾਂ ਬੱਚਿਆਂ ਦਾ ਬਣ ਜੂਗਾ। ਇਹਦੀਆਂ 2 ਬੇਟੀਆਂ ਨੇ ਜੀ, 2 ਬੇਟੇ ਨੇ। ਇਹਦਾ ਨਾਮ ਵਿਕਾਸ ਸਾਨੀ ਆ ਜੀ, ਇਹਦੀ 41 ਸਾਲ ਉਮਰ ਹੈ ਜੀ। ਇਹ ਸਾਡੇ ਕੋਲ ਜੀ ਗੋਦਾਮ 'ਚ ਕਰਦੇ ਨੇ ਜੀ ਕੰਮ ਇਹ। ਹਾਂਜੀ ਸਰ। ਕਿੰਨੇ ਵਜੇ ਦੀ ਘਟਨਾ ਦਾ? ਇਹ 8:30 ਵਜੇ ਦੀ ਘਟਨਾ ਜੀ। ਤੇਜ਼ ਹਨੇਰੀ ਆਈ ਹੈ ਜੀ, ਉਹਦੇ ਵਿੱਚ ਇਹਨੂੰ ਤੇ ਟਾਣਾ ਟੁੱਟ ਕੇ ਲੱਗਿਆ ਜੀ। ਮੁਕੇਸ਼ ਸਾਨੀ, ਹਮ ਬਿਹਾਰ ਕੇ ਰਹਤੇ ਹੈ ਔਰ ਅਭੀ ਗੁਰ ਕਲੋਨੀ ਮੇ ਰਹਤੇ ਹੈ। ਰਾਤ ਮੇ ਇੱਕ ਟਹਿਨੀ ਗਿਰ ਕੇ ਸਫੇਦਾ ਕੋ ਥੱਲੇ ਆ ਗਿਆ ਤਾਂ ਹਮ ਲੋਕ ਬਾਈਕ ਸੇ ਜਾ ਰਹੇ ਥੇ ਉਸ ਕੇ ਵਿੱਚ ਫਸ ਗਿਆ। ਉਹ ਮੇਰਾ ਭਾਈ ਥਾ ਵਿਕਾਸ ਸਾਨੀ, 41 ਸਾਲ ਕੀ ਹੈ। ਕਹਾਂ ਸੇ ਕਹਾਂ ਗੁਜ਼ਾਰ ਰਹੇ ਥੇ? ਖੰਨੇ ਸੇ। ਹਾਂ, ਖੰਨੇ ਸੇ ਜਾ ਰਹੇ ਥੇ ਮਛਵਾੜੇ। ਬਾਲਿਓ ਮੇ ਐਕਸੀਡੈਂਟ ਹੁਆ? ਬਾਲਿਓ ਕੇ ਪੈਟਰੋਲ ਟੰਕੀ ਕੇ ਕੋਲ। ਕਿਆ ਕਾਰਨ ਕਿਆ ਬਣਾ? ਤੇਜ਼ ਹਨੇਰੀ ਚੱਲ ਰਹੀ ਸੀ? ਹਾਂ, ਤੇਜ਼ ਹਨੇਰੀ ਚਲਦੀ ਸੀ, ਟਾਹਣੀ ਟੁੱਟ ਕੇ ਗਿਰ ਗਈ ਸੀ। ਇਹ ਨਾ ਇੱਕ ਵਿਕਾਸ ਸਾਨੀ ਨਾਂ ਦਾ ਟੈਂਪਰੇਰੀ ਤੌਰ 'ਤੇ ਡਿਊਟੀ ਕਰਦਾ ਇਹਦੇ ਆਪਣੇ FCI 'ਚ। ਉਹ ਰਾਤ ਕਿਤੇ 8:30 ਵਜੇ ਜਾ ਰਿਹਾ ਸੀਗਾ, ਬਾਲਿਓਂ ਲਾਗਿਓਂ ਇੱਕ ਦਰਖਤ ਗਿਰਿਆ ਹੋਇਆ ਸੀ, ਉੱਧਰੋਂ ਹਨੇਰੀ ਜ਼ਿਆਦਾ ਸੀਗੀ
ਦਰਖਤ ਡਿੱਗਦੀ ਸਾਰੇ ਮੋਟਰਸਾਈਕਲ 'ਤੇ ਸੀਗੇ ਦੋ ਜਣੇ, ਇਸ ਦਾ ਦਰਖਤ ਵਿੱਚ ਵੱਜਿਆ, ਵੱਜਦੀ ਸਾਰੀ ਮੌਕੇ 'ਤੇ ਦੀ ਜਿਹੜੀ ਹੈ ਉਹ ਮੌਤ ਹੋ ਗਈ ਸੀ। ਇਹਦਾ ਪੋਸਟਮਾਰਟਮ ਕਰਾਇਆ ਜਾ ਰਿਹਾ ਹੈ। ਪੋਸਟਮਾਰਟਮ ਕਰਾਉਣ ਤੋਂ ਬਾਅਦ ਵਾਰ ਲਾਸ ਜਿਹੜੀ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ। ਹਾਂ ਬਿਲਕੁਲ, ਇਹ ਜਿਹੜਾ ਰਾਤ ਹਨੇਰੀ ਆਈ ਨਾ, ਉਹਦੇ ਨਾਲ ਕਾਫੀ ਦਰਖਤ ਜਿਹੜੇ ਨੇ ਟੁੱਟੇ ਨੇ, ਇਹ ਦਰਖਤ ਹਨੇਰੀ ਕਾਰਨ ਟੁੱਟਿਆ ਸੀ। ਮਿਲੇ ਸੜਕ 'ਤੇ ਵੀ ਤੈਨਾਤ ਡਿਊਟੀ 'ਤੇ ਤੁਸੀਂ ਵੀ ਅਤੇ ਤੁਹਾਡੀ ਟੀਮ ਵੱਲੋਂ ਵੀ ਦਰਖਤ ਹਟਾਏ ਗਏ? ਬਿਲਕੁਲ ਜੀ ਬਿਲਕੁਲ, ਰਾਤ ਅਸੀਂ ਹਨੇਰੀ ਦੇ ਨਾਲ ਜਿਹੜੇ ਦਰਖਤ ਟੁੱਟੇ ਹੋਏ ਸੀ ਉਹ ਕਾਫੀ ਰਾਹਗੀਰਾਂ ਨੂੰ ਮਤਲਬ ਦਿੱਕਤ ਆ ਰਹੀ ਸੀ, ਫਿਰ ਅਸੀਂ ਜਾ ਕੇ ਉਹ ਕਾਫੀ ਦਰਖਤ ਹਟਾਏ ਨੇ। ਇੱਕ ਤਾਂ ਗੱਡੀ ਜਿਹੜੀ ਆ, ਕੋਈ ਵੀ ਵਹੀਕਲ ਹੈ ਉਹ ਲੋ ਸਪੀਡ 'ਚ ਰੱਖਣ, ਬਹੁਤੀ ਤੇਜ਼ ਨਾ ਭਜਾਉਣ, ਕਿਉਂਕਿ ਹਨੇਰੀ ਦੇ ਸਮੇਂ ਦੇ ਵਿੱਚ ਕੋਈ ਨਾ ਕੋਈ ਦਰਖਤ ਜਿਹੜਾ ਉਹ ਟੁੱਟ ਕੇ ਸੜਕ ਉੱਪਰ ਗਿਰਿਆ ਪਿਆ ਹੁੰਦਾ ਅਤੇ ਅਚਾਨਕ ਅੱਗੇ ਆਉਣ ਨਾਲ ਫਿਰ ਨੁਕਸਾਨ ਹੋ ਸਕਦਾ।